ਇੱਕ ਜੀ ਕੈਮਰਾ ਜਰੂਰ ਦਿਖਾ ਦਿਓ ਕਿਉਂਕਿ ਉਹ ਤੁਹਾਨੂੰ ਦਿਖਾਉਣਾ ਆ ਦੇਖੋ ਕਰੰਟ ਲਾ ਕੇ ਬੰਦੇ ਦੀ ਬਾਹਾਂ ਕੱਟੀਆਂ ਗਈਆਂ ਪਰ ਕਿਸੇ ਨੂੰ ਕੋਈ ਇਹਨੂੰ ਮੁਆਵਜ਼ਾ ਤੱਕ ਨਹੀਂ ਦਿੱਤਾ ਗਿਆ ਸਰਕਾਰ ਦੀ ਈਗਲ ਕੱਟ ਨਹੀਂ ਲਾਇਆ ਕੱਟੀ ਨਹੀਂ ਲਾਈ ਇਹ ਸਾਨੂੰ ਨਹੀਂ ਸੰਤ ਕਹਿ ਲਾਈ ਲਾਈਨ ਕੱਟੀ ਹੋਈ ਹੈ ਜੀ ਮੈਂ ਦੋ ਵਾਰ ਕੰਫਰਮ ਕੀਤਾ ਹੈ ਕਿ ਤਾਹੀ ਲਾਈਨ ਕੱਟੀ ਹੈ ਕਿ ਨਹੀਂ ਕੱਟੀ ਹੈ ਜੀ ਕਹਿੰਦੇ ਹਾਂ ਕੱਟੀ ਚੜ ਜਾ ਜਦੋਂ ਮੈਂ ਗਿਆ ਉੱਪਰ ਮੈਨੂੰ ਪਤਾ ਨਹੀਂ ਲੱਗਿਆ ਕੀ ਹੋਇਆ ਕੀ ਨਹੀਂ ਮੈਨੂੰ ਜਦੋਂ ਹੌਸਲੇ ਦਾ ਹਸਪੀਟਲ ਤੇ ਪਿਆ ਸੀਗਾ ਚਾਹੇ ਉਹ ਕੈਬਨਿਟ ਸਬਕਮੇਟੀਆਂ ਬਣਾਉਂਦੇ ਆ ਚਾਹੇ ਹੁਣ ਵੀ ਉਹਨਾਂ ਨੇ ਬ੍ਰਾਹਮਣ ਨਰਾਦੀ ਕਮੇਟੀ ਬਣਾਈ ਹੈ ਵੀ ਇਹਨਾਂ ਮੁਲਾਜ਼ਮਾਂ ਦੀ ਸੁਣੀ ਜਾਵੇ ਤੇ ਨਾਲ ਹੱਲ ਕੀਤਾ ਜਾਵੇ ਪਰ ਉਹ ਜਿਹੜੇ ਦੰਦ ਐ ਦਿਖਾਉਂਦੇ ਆ ਖਾਣਦੇ ਹੋਰ ਐ ਕਿ ਲੋਕਾਂ ਦੇ ਘਰੇ ਚ ਦੀਵਾ ਜਗਾਉਂਦੇ ਜਗਾਉਂਦੇ ਸਾਡੇ ਆਪ ਦਾ ਘਰਾਂ ਦੀਵਾ ਬੁੱਝ ਜਾਂਦਾ ਸਾਨੂੰ ਮਤਲਬ ਕੋਈ ਮੁਆਵਜ਼ਾ ਤੱਕ ਨਹੀਂ ਦਿੱਤਾ ਜਾਂਦਾ ਕੋਈ ਗਾਰੰਟੀ ਨਹੀਂ ਹੈਗੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਅਮਨਦੀਪ ਸਿੰਘ ਮਾਝਾ ਅਸੀਂ ਪਟਿਆਲੇ 'ਚ ਮੌਜੂਦ ਆਂ ਪਟਿਆਲੇ 'ਚ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਿਹੜੇ ਕੰਟਰੈਕਟ ਬੇਸ ਤੇ ਰੱਖੇ ਹੋਏ ਨੇ ਠੇਕੇਦਾਰੀ ਸਿਸਟਮ ਤੇ ਰੱਖੇ ਹੋਏ ਨੇ ਪੰਜਾਬ ਦੇ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਨੇ ਇੱਥੇ ਠੀਕਰੀ ਵਾਲਾ ਚੌਂਕ ਵਿੱਚ ਇੱਕ ਵੱਡਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਵੱਡਾ ਧਰਨਾ ਲਗਾ ਦਿੱਤਾ ਹੈ ਪਹਿਲਾਂ ਹਰ ਵਿਭਾਗ ਵੱਖੋ ਵੱਖਰੇ ਤਰੀਕੇ ਨਾਲ ਪਰਦਰਸ਼ਨ ਕਰਦਾ ਸੀ ਪਰ ਹੁਣ ਸਾਰੇ ਵਿਭਾਗ ਇਕੱਠੇ ਹੋ ਚੁੱਕੇ ਹਨ ਠੀਕਰੀ ਵਾਲਾ ਚੌਂਕ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂ ਰਿਹਾ ਜਿੱਥੇ ਠੀਕਰੀ ਵਾਲੇ ਦਾ ਬੁੱਤ ਵੀ ਬਣਿਆ ਪਿਆ ਪਿੱਛੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਠੀਕਰੀ ਵਾਲਾ ਚੌਂਕ ਪਟਿਆਲੇ ਦਾ ਮੇਨ ਚੌਂਕ ਗਿਣਿਆ ਜਾਂਦਾ ਜਿੱਥੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਬਠਿੰਡਾ ਸੰਗਰੂਰ ਨੂੰ ਜਾਣ ਵਾਸਤੇ ਇਹ ਰਸਤਾ ਸਿੱਧਾ ਵਿਚ ਦੀ ਮੇਨ ਚੌਂਕ ਆ ਮੇਨ ਚੌਂਕ ਠਿਕਰੀ ਵਾਲਾ ਚੌਂਕ ਤਸਵੀਰਾਂ ਪਟਿਆਲੇ ਦੀਆਂ ਦਿਖਾਉਣਾ ਜਿੱਥੇ ਪੱਕੇ ਟੈਂਟ ਗੱਡ ਦਿੱਤੇ ਹਨ ਕਾਫੀ ਵਿਭਾਗ ਜਨਿਕ ਮਨਰੇਗਾ ਦੇ ਮੁਲਾਜ਼ਮਾ ਬਿਜਲੀ ਮੁਲਾਜ਼ਮਾ ਜਲ ਸਪਲਾਈ ਦੇ ਮੁਲਾਜ਼ਮਾ ਅਤੇ ਹੋਰ ਜਿੰਨੇ ਵੀ ਵਿਭਾਗ ਨੇ ਸਾਰੇ ਠੇਕੇਦਾਰੀ ਸਿਸਟਮ ਦੇ ਮੁਲਾਜ਼ਮ ਨੇ ਉਹ ਇਕੱਠੇ ਹੋ ਚੁੱਕੇ ਹਨ ਤਸਵੀਰਾਂ ਸਿੱਧੀਆਂ ਤੁਹਾਨੂੰ ਦਿਖਾ ਰਿਹਾ ਕਿ ਠਿਕਰੀ ਵਾਲਾ ਚੌਂਕ ਚ ਜੋ ਰੋਡ ਆ ਉਸ ਤੇ ਪੱਕੇ ਟੈਂਟ ਗੱਡ ਦਿੱਤੇ ਹਨ ਪੱਕੇ ਟੈਂਟ ਲਗਾ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਸੋ ਸੰਬੋਧਨ ਹੋ ਰਿਹਾ ਪੂਰਾ ਪਟਿਆਲਾ ਜਾਮ ਕਰ ਦਿੱਤਾ ਠਿਕਰੀ ਵਾਲਾ ਚੌਕ ਨਾਲ ਪੂਰਾ ਪਟਿਆਲਾ ਜਮ ਹੋ ਜਾਂਦਾ ਲੰਕਣ ਲਈ 메인 ਚੌਕ ਆ ਇਹ ਬਠਿੰਡੇ ਨੂੰ ਬੱਸਾਂ ਇਸ ਦੇ ਵਿੱਚ ਦੀ ਜਾਂਦੀਆਂ ਨੇ ਬਠਿੰਡਾ ਤੋਂ ਚੰਡੀਗੜ੍ਹ ਨੂੰ ਇਸ ਦੇ ਵਿੱਚ ਦੀ ਜਾਂ ਕਿ ਪੂਰਾ ਪਟਿਆਲਾ ਪ੍ਰਭਾਵਿਤ ਹੋ ਰਿਹਾ ਸੋ ਸਾਡੇ ਨਾਲ ਮਨਰੇਗਾ ਯੂਨੀਅਨ ਦੇ ਸੂਬਾ ਪ੍ਰਧਾਨ ਵਰਿੰਦਰ ਮੌਜੂਦ ਨੇ ਵਰਿੰਦਰ ਜੀ ਪ੍ਰਦਰਸ਼ਨ ਕਿਵੇਂ ਦਾ ਕਰਤਾ ਪੂਰਾ ਪਟਿਆਲਾ ਹੀ ਜਾਮ ਕਰਤਾ ਦੇਖੋ ਦੀ ਪ੍ਰਦਰਸ਼ਨ ਕਰਨ ਦੀ ਲੋੜ ਸੀ ਕਿਉਂਕਿ ਠੇਕਾ ਮਲਾਜਮ ਸੰਘਰਸ਼ ਮੋਰਚਾ ਜਿਹੜਾ ਵੱਖ-ਵੱਖ ਵਿਭਾਗਾਂ 'ਚ ਕੰਮ ਕਰਦੇ ਕੱਚੇ ਮਲਾਜਮ ਹੈ ਉਹਨਾਂ ਦੇ ਤਾਲਮੇਲ ਨਾਲ ਬਣਿਆ ਇਹ ਮੋਰਚਾ ਹੈ ਕਿਉਂਕਿ ਸਰਕਾਰ ਨੇ ਸਾਰੇ ਕੱਲੇ ਇੱਕ ਮੁਲਾਜ਼ਮ ਦੀ ਲੁੱਟ ਨਹੀਂ ਕੀਤੀ ਇੱਕ ਵਿਭਾਗ ਦੀ ਲੁੱਟ ਨਹੀਂ ਕੀਤੀ ਉਹਨੇ ਪੰਜਾਬ ਦੇ ਵਿੱਚ ਜਿੰਨੇ ਸਮੁੱਚੇ ਵਿਭਾਗੇ ਆ ਉਹਨਾਂ ਦਾ ਨੀਜੀਕਰਨ ਕਰਨ ਲੱਗੇ ਚਾਹੇ ਉਹ ਬਿਜਲੀ ਬੋਰਡ ਹੋਵੇ ਚਾਹੇ ਜਲ ਸਪਲਾਈ ਹੋ ਜੇ ਚਾਹੇ ਕੋਈ ਹੋਰ ਵਿਭਾਗ ਹੋਣਾ ਸਰਕਾਰ ਨੇ ਵਾਅਦਾ ਕੀਤਾ ਸੀ ਜਦੋਂ ਅਸੀਂ ਸੱਤਾ 'ਚ ਆ ਗਏ ਇਸ ਕੈਪਟਨ ਨੇ ਕਹਿੰਦਾ ਵੀ 8-10 ਹਜ਼ਾਰ ਰੁਪਏ ਦਾ ਮੇਰੇ ਇੱਕ ਮਾਲੀ ਲੈਂਦਾ ਬਗੀਚੇ ਦੇ ਵਿੱਚ ਇੱਥੇ ਨੌਜਵਾਨਾਂ ਦੀ ਪੜ੍ਹੇ ਲਿਖਾਂ ਦੀ ਲੁੱਟ ਹੋ ਰਹੀ ਹੈ ਜਦੋਂ ਸਾਡੀ ਸਰਕਾਰ ਬਣ ਗਈ ਪਹਿਲੀ ਕੈਬਨਿਟ ਦੇ ਵਿੱਚ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਅੱਜ ਪਹਿਲੀ ਕੈਬਨਟ ਦਾ ਕੀ ਸਾਢੇ 4 ਚਾਹੇ ਉਹ ਕੈਬਨਿਟ ਸਬਕਮੇਟੀਆਂ ਬਣਾਉਂਦੇ ਆ ਚਾਹੇ ਹੁਣ ਵੀ ਉਹਨਾਂ ਨੇ ਬ੍ਰਾਹਮੇਂਦਰਾ ਦੀ ਕਮੇਟੀ ਬਣਾਈ ਹੈ ਵੀ ਇਹਨਾਂ ਮੁਲਾਜ਼ਮਾਂ ਦੀ ਸੁਣੀ ਜਾਵੇ ਤੇ ਉਹਨਾਂ ਦਾ ਹੱਲ ਕੀਤਾ ਜਾਵੇ ਪਰ ਉਹ ਜਿਹੜੇ ਦੰਦ ਐ ਦਿਖਾਉਣਦੇ ਆ ਖਾਣ ਦੇ ਹੋਰ ਐ ਕਿਉਂਕਿ ਹਜੇ ਵੀ ਮੁਲਾਜ਼ਮਾਂ ਦੀ ਛਾਂਟੀ ਕੀਤੀ ਜਾਂਦੀ ਹੈ ਹਜੇ ਵੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਕੋਈ ਜਿਹੜੀ ਨੀਤੀ ਪਾਲਿਸੀ ਨਹੀਂ ਲੈ ਕੇ ਆਏ ਬਸ ਪਰ ਵੈਸੇ ਬਰਿੰਦਰ ਜੀ ਕਿੰਨੇ ਕ ਮਹਿਕਮੇ ਨੇ ਕਿੰਨੇ ਕ ਵਿਭਾਗ ਨੇ ਇੱਥੇ ਪੰਜਾਬ ਸਰਕਾਰ ਦੇ ਵਿੱਚ ਜਿੰਨੇ ਵਿਭਾਗ ਮੈਂ ਕਹਦੀ ਵੀ ਇੱਥੇ 15 ਤੋਂ ਲੈ ਕੇ 20 ਜਿਹੜੇ ਵਿਭਾਗ ਮੈਂ ਹਾਜ਼ਰ ਹੈ ਡੇਢ ਲੱਖ ਦੇ ਕਰੀਬ ਪੰਜਾਬ 'ਚ ਜਿਹੜਾ ਕੱਚਾ ਕੰਮ ਹੈ ਕੰਮ ਕਰ ਰਿਹਾ ਇਸ ਟਾਈਮ ਚਾਹੇ ਉਹ ਕਹਿੰਦੇ ਆ ਵੀ 16 ਲੱਖ ਅਸੀਂ ਨਵੀਂ ਭਰਤੀ ਕਰ ਲਈ ਚਾਹੇ ਕਹਿੰਦੇ ਆ ਵੀ ਅਸੀਂ 16 ਲੱਖ ਹੋਰ ਭਰਤੀ ਕਰਨੇ ਘਰ ਘਰ ਨੌਕਰੀ ਦੇਣੀ ਹੈ ਇਹ ਵਾਅਦਾ ਸੀਗਾ ਪਰ ਜਿਹੜੇ ਆਹਾ ਮਲਾਜਮ ਹੈ ਇਹਨਾਂ ਦੇ ਵਿੱਚੋਂ 66000 ਜਿਹੜਾ ਕਿਹਾ ਉਹਨਾਂ ਦੇ ਵਿੱਚੋਂ ਇੱਕ ਵੀ ਬੰਦਾ ਨਹੀਂ ਆਉਂਦਾ ਫਿਰ 66000 ਮਲਾਜਮ ਕਿਹੜੇ ਆ ਅਸੀਂ ਉਹ ਮੰਗ ਕਰਦੇ ਆ ਵੀ ਜਿਹੜੇ ਆਹਾ ਮਲਾਜਮ ਬੈਠੇ 20-20 ਸਾਲਾਂ ਤੋਂ ਲੱਗੇ ਨੇ ਗੁਣੀਆਂ ਤਨ ਅਸੀਂ ਇੱਥੇ ਪਟਿਆਲੇ ਦੇ ਵਿੱਚ ਪ੍ਰਦਰਸ਼ਨ ਕਰਦੇ ਆਂ ਜਾਂ ਕੱਲੀ ਕੱਲੀ ਜਥੇਬੰਦੀ ਕਰਦੀ ਐ ਕੋਈ ਗੱਲ ਨਹੀਂ ਸੁਣਦੀ ਇਸ ਲਈ ਫਿਰ ਜਿਹੜੇ ਅਸੀਂ ਲੁੱਟੇ ਜਾਣ ਵਾਲੇ ਲੋਕ ਆ ਉਹ ਲੁੱਟੇ ਜਾਣ ਵਾਲੇ ਲੋਕ ਇਕੱਠੇ ਹੋ ਕੇ ਝੋਟੀਆਂ ਪਾ ਕੇ ਅੱਜ ਬੈਠੇ ਆਂ ਵੀ ਸਾਡੀ ਗੱਲ ਸੁਣੋ ਤੁਹਾਡੇ ਵਾਅਦੇ ਕਰੇ ਸਾਨੂੰ ਪੂਰੇ ਕਰੋ ਸਾਨੂੰ ਮਹਿਕਮਿਆਂ ਦੇ ਵਿੱਚ ਪੱਕੇ ਕਰੋ ਇਸ ਲਈ ਪੱਕੇ ਤਾਂ ਮੰਰੇਗਾ ਦੀਆਂ ਕੀ ਕੀ ਮੰਗਾਂ ਨੇ ਤੁਸੀਂ ਮੰਰੇਗਾ ਮੁਲਾਜ਼ਮੋਂ ਪਹਿਲਾਂ ਤੁਸੀਂ ਮੋਹਾਲੀ 'ਚ ਧਰਨੇ ਲਾਏ ਪਹਿਲਾਂ ਪਟਿਆਲੇ 22 ਪੀਐਸ ਚੌਂਕ ਵੀ ਇੱਕ ਵਾਰ ਘੇਰਿਆ ਸੀ ਲਗਾਤਾਰ ਪ੍ਰਦਰਸ਼ਨ ਚੱਲ ਰਹੇ ਨੇ ਤੁਹਾਡੀਆਂ ਕੀ ਕੀ ਮੰਗਾਂ ਨੇ ਸਾਡੀ ਮੰਗ ਵੀ ਉਹੀ ਹੈ ਜੀ ਹੋਰ ਕੋਈ ਮੰਗਾ ਨਹੀਂ ਸਾਡੀਆਂ ਕਿਉਂਕਿ ਜਦੋਂ ਮੋਰਚੇ ਸ਼ਾਮਲ ਹੋਏ ਆ ਸਾਡੀਆਂ ਮੰਗਾਂ ਸਾਰੀਆਂ ਹਾਥੀ ਦੀ ਪੈੜ ਤੇ ਸਾਰਾ ਕੁਝ ਆ ਜਾਂਦਾ ਵੀ ਸਾਨੂੰ ਪੰਚਾਇਤੀ ਵਿਭਾਗ ਵਿੱਚ ਰੈਗੂਲਰ ਕਰੋ 9772 ਪੋਸਟਾਂ ਨਵੀਆਂ ਗ੍ਰਾਮ ਸੇਵਕਾਂ ਦੀਆਂ ਜਾਂ ਹੋਰ 2200 ਪੋਸਟ ਸਾਡੇ ਵਿਭਾਗ ਵਿੱਚ ਖਾਲੀ ਪਈਆਂ ਇਹਨਾਂ ਦੀ ਅਸੀਂ ਵੀ ਇਹੀ ਮੰਗਿਆ ਜਿਵੇਂ ਮੋਰਚੇ ਦੀ ਮੰਗ ਹੈ ਵੀ ਸਾਨੂੰ ਵਿਭਾਗ ਵਿੱਚ ਪੱਕੇ ਕਰੋ ਇਹੀ ਸਾਡੀ ਮੇਨ ਮੰਗ ਹੈ ਬਿਲਕੁਲ ਜੀ ਸੋ ਹਰ ਵਿਭਾਗ ਦੱਸਿਆ ਜਾ ਰਿਹਾ ਕਿ 15 ਤੋਂ 20 ਵਿਭਾਗਾਂ ਨੇ ਇੱਥੇ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਪ੍ਰਦਰਸ਼ਨ ਕਰ ਰਹੇ ਨੇ ਪਿਛਲੇ ਲੰਮੇ ਸਮੇਂ ਤੋਂ ਪਰ ਅੱਜ ਹਰ ਠੇ ਹੋ ਚੁੱਕੇ ਹਨ ਮੰਰੇਗਾ ਤੋਂ ਹੀ ਸੰਜੀਵ ਕਾਕੜਾ ਜੀ ਸਾਡੇ ਨਾਲ ਮੌਜੂਦ ਨੇ ਸੰਜੀਵ ਜੀ ਕਿੰਨੇ ਸਮੇਂ ਦੇ ਸੰਘਰਸ਼ ਕਰ ਰਹੇ ਹੋ ਸਰਕਾਰ ਨਹੀਂ ਸੁਣ ਰਹੀ ਅਸੀਂ ਲਗਭਗ ਇਹ ਸਰਕਾਰ ਬਣੀ ਨੂੰ 4.5 ਸਾਲ ਅੱਜ ਹੋ ਗਏ ਅਸੀਂ ਠੇਕਾ ਮਲਾਦ ਸੰਘਰਸ਼ ਮੋਰਚਾ ਪੰਜਾਬ ਦੇ ਬੈਨਨ ਹੇਠ ਅੱਜ ਲੜ ਰਹੇ ਹਾਂ ਪਰ ਸਰਕਾਰ ਟਾਸ ਤੋਂ ਮਸ ਨਹੀਂ ਹੋ ਰਹੀ ਜਦੋਂ ਕਿ ਕੈਪਟਨ ਅਵਿੰਦਰ ਸਿੰਘ ਦੁਆਰਾ ਸਬ ਕਮੇਟੀ ਬਣਾਈ ਗਈ ਹੈ ਜਿਹਦੇ ਚੇਅਰਮੈਨ ਬ੍ਰਹਮੇਂਦਰਾ ਜੀ ਲਾਏ ਹੋਏ ਨੇ ਉਹਨਾਂ ਨਾਲ ਵੀ ਲਗਾਤਾਰ ਦੋ ਤਿੰਨ ਮੀਟਿੰਗਾਂ ਹੋਈਆਂ ਨੇ ਪਰ ਉਹ ਬੇਸਿੱਟ ਰਹੀਆਂ ਨੇ ਜਦੋਂ ਤੱਕ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਜੋ ਕੱਚੇ ਨੇ ਆਊਟਸੋਰਸਟੇ ਹੁਣ ਕੰਪਨੀਆਂ ਦੇ ਵਿੱਚ ਹੁਣ ਜੈ ਸਿੱਧੇ ਸਰਕਾਰ ਨਾਲ ਕੰਟਰੈਕਟ ਤੇ ਹੋਣ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਜਾਣਾ ਉਹ ਤੱਕ ਇਹ ਮੋਰਚਾ ਇੱਥੋਂ ਉੱਠੂਗਾ ਨਹੀਂ ਸਾਡੀ ਸਭ ਦੀ ਇੱਕੋ ਹੀ ਮੰਗ ਆ ਵਿਭਾਗਾ ਦੇ ਅੰਦਰ ਲੈ ਕੇ ਸਾਰਿਆਂ ਨੂੰ ਪਹਿਲ ਦੇ ਆਧਾਰ ਤੇ ਰੈਗੂਲਰ ਕੀਤਾ ਜਾਵੇ ਬਿਲਕੁਲ ਜੀ ਸੋ ਸਾਰੇ ਵਿਭਾਗਾਂ ਦੇ ਮੁਲਾਜ਼ਮ ਨੇ ਜਿਹੜੇ ਉਹਨਾਂ ਦੀ ਇੱਕੋ ਮੰਗ ਆ ਕਿ ਸੇਮ ਮੰਗ ਆ ਸਾਡੀ ਕਿ ਸਾਨੂੰ ਕੰਟਰੈਕਟ ਬੇਸ ਤੋਂ ਪੱਕਾ ਕੀਤਾ ਜਾਵੇ ਠੇਕੇਦਾਰੀ ਸਿਸਟਮ ਅਧੀਨ ਸਾਨੂੰ ਕੱਢਿਆ ਜਾ ਸਾਡਾ ਸਿਸਟਮ ਕੀਤਾ ਜਾਵੇ ਪੱਕੇ ਕੀਤਾ ਜਾਵੇ ਸਾਨੂੰ ਸੋ ਲਗਾਤਾਰ ਪ੍ਰਦਰਸ਼ਨ ਜਾਰੀ ਆ ਮੁਲਾਜ਼ਮ ਯੂਨੀਅਨ ਦੇ ਆਗੂ ਮੌਜੂਦ ਨੇ ਬਿਜਲੀ ਵਿਭਾਗ ਤੋਂ ਵੀ ਪਹੁੰਚੇ ਹੋਏ ਨੇ ਬਾਈ ਜੀ ਬਾਈ ਜੀ ਬਿਜਲੀ ਵਿਭਾਗ ਦੀਆਂ ਕਿਹੜੀਆਂ ਕਿਹੜੀਆਂ ਮੰਗਾਂ ਨੇ ਕਿੰਨੇ ਕ ਸਮੇਂ ਤੋਂ ਤੁਸੀਂ ਸੰਘਰਸ਼ ਕਰ ਰਹੇ ਹੋ ਅਸੀਂ ਜੀ ਪਾਵਰਕਾਮ ਦੇ ਵਿੱਚ ਕੰਮ ਕਰਦੇ ਹਾਂ ਅਸੀਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦਾ ਫਰੰਟਾ ਬਿਜਲੀ ਬੋਰਡ ਦੇ ਵਿੱਚ ਸ ਕੰਪਲੀਟਾ ਮਟੀਰੀਅਲ ਜਿਹੜੇ ਲੋਕਾਂ ਦੇ ਘਰਾਂ ਤੱਕ ਸਪਲਾਈ ਆ ਸੀ ਉਹ ਪਹੁੰਚਾਉਨੇ ਆ ਸੀ ਆਪਣੀ ਜਾਮ ਜੋਖਮ ਦੇ ਵਿੱਚ ਵੀ ਪਾਉਂਦੇ ਆ ਤੁਹਾਨੂੰ ਇੱਕ ਛੋਟੀ ਜੀ ਝਲਕ ਦਿਖਾਉਣਾ ਉਹ ਥੋੜਾ ਕੈਮਰਾ ਵੀਰ ਜੀ ਕੈਮਰਾ ਜਰੂਰ ਦਿਖਾ ਦਿਓ ਕਿਉਂਕਿ ਉਹ ਤੁਹਾਨੂੰ ਦਿਖਾਉਣਾ ਆ ਦੇਖੋ ਕਰੰਟ ਲਾ ਕੇ ਬੰਦੇ ਦੀ ਵहां ਕਟੀਆਂ ਗਈਆਂ ਪਰ ਕਿਸੇ ਨੂੰ ਕੋਈ ਇਹਨੂੰ ਮੁਆਵਜ਼ਾ ਤੱਕ ਨਹੀਂ ਦਿੱਤਾ ਗਿਆ ਸਰਕਾਰ ਨੇ ਕਿਉਂਕਿ ਜਿਹੜਾ ਇਹ ਹੱਲਾ ਹੈ ਇਹ ਨਿੱਜੀਕਰਨ ਦਾ ਹੱਲਾ ਸਰਕਾਰ ਨਿੱਜੀਕਰਨ ਦਾ ਹੱਲਾ ਲੈ ਕੇ ਕੰਪਨੀ ਨੂੰ ਸਾਰਾ ਕੁਝ ਹੌਂਪਣਾ ਚਾਹੁੰਦੀ ਆ ਸਾਰਾ ਕੁਝ ਵੇਚਣਾ ਚਾਹੁੰਦੀ ਆ ਤੇ ਅੱਜ ਅਸੀਂ ਠੇਕਾ ਕੰਮੇ ਮੰਗ ਕਰਦੇ ਆ ਕਿ ਸਮੂਹ ਵਿਭਾਗਾਂ ਦੇ ਠੇਕਾ ਕੰਮੇ ਨੂੰ ਪੱਕਾ ਕੀਤਾ ਜਾਵੇ ਜਦੋਂ ਤੱਕ ਸਰਕਾਰ ਪੱਕੇ ਨਹੀਂ ਕਰਦੀ ਇਹ ਪੱਕਾ ਲਗਾਤਾਰ ਮੋਰਚਾ ਇਸੇ ਤਰ੍ਹਾਂ ਚੱਲੂਗਾ ਪਿੱਛੇ ਅਸੀਂ ਅਕਾਲੀ ਭਾਜਪਾ ਸਰਕਾਰ ਤੋਂ 2016 ਐਕਟ ਇਸ ਮੋਰਚੇ ਨੇ ਬਣਾਇਆ ਸੀ ਪਰ ਉਸ ਐਕਟ ਨੂੰ ਲਾਗੂ ਨਹੀਂ ਕੀਤਾ ਤੋੜਤਾ ਨਮਾ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ ਆ ਜਿਵੇਂ ਪ੍ਰਧਾਨ ਦੱਸ ਕੇ ਗਏ ਆ ਵੀ ਉਹ ਕਾਨੂੰਨ 'ਚ ਹੈ ਕੁਛ ਨਹੀਂ ਜਿਹੜੇ ਆ ਬੈਠੇ ਆ ਇਹ ਕਿਹੜੇ ਆ ਇਹ ਉਹ ਨੇ ਜਿਹੜੇ ਆਊਟਸੋਰਸਿੰਗ ਲਿਸਟਮੈਂਟਾਂ ਠੇਕੇਦਾਰਾਂ ਕੰਪਨੀਆਂ ਵੱਖ-ਵੱਖ ਸੁਸਾਇਟੀਆਂ ਰਾਹੀਂ ਕੰਮ ਕਰਦੇ ਕੰਮੇ ਆ ਇਹ ਉਹ ਬੈਠੇ ਆ ਜਿਨ੍ਹਾਂ ਨੂੰ ਸਰਕਾਰ ਬਾਹਰ ਕੱਢ ਰਹੀ ਆ ਵੀ ਅੱਜ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਜਿਹੜੇ ਇਹ ਬੈਠੇ ਆ ਇਹਨਾਂ ਨੂੰ ਵਿਭਾਗ 'ਚ ਲੈ ਕੇ ਰੈਗੂਲਰ ਕੀਤਾ ਜਾਵੇ ਜਿਵੇਂ ਆ ਇਹੋ ਜਿਹੇ ਕੰਮ ਆ ਪੰਗ ਹੁੰਦੇ ਆ ਤੁਸੀਂ ਦੇਖਿਆ ਨੌਜਵਾਨ ਮੁੰਡਾ ਪਰ ਇਹਨੂੰ ਕੋਈ 5 ਰੁਪਏ ਸਰਕਾਰ ਨੇ ਨਹੀਂ ਦਿੱਤੇ ਹੈਗੇ ਵੀ ਸਾਡੀ ਮੰਗਾਂ ਜਿੱਥੇ ਵੀ ਕਿਤੇ ਕੋਈ ਹਾਸਾ ਹੁੰਦਾ ਉਹਨੂੰ ਮੁਆਵਜ਼ਾ ਮਿਲਣਾ ਚਾਹੀਦਾ ਤੇ ਪੱਕੇ ਜਿਹੜੇ ਸਰਕਾਰਾਂ ਕੱਚੇ ਕੰਮੇ ਆ ਇਹਨਾਂ ਨੂੰ ਪੱਕਾ ਕਰਨਾ ਚਾਹੀਦਾ ਲਹਿਰਾ ਥਰਮਲ ਆ ਬਠਿੰਡਾ ਥਰਮਲ ਵੇਲਾ ਬੰਦ ਕਰਤਾ ਜਿਹੜਾ ਸਸਤੀ ਬਿਜਲੀ ਪੈਦਾ ਕਰਦਾ ਸੀ ਉਹਨੂੰ ਬੰਦ ਕਰਤਾ ਸਰਕਾਰੀ ਪ੍ਰਾਈਵੇਟ ਥਰਮਲਾਂ ਤੋਂ ਮਹਿੰਗੇ ਭਾਅ ਬਿਜਲੀ ਖਰੀਦੀ ਜਾ ਰਹੀ ਆ ਇਸੇ ਤਰ੍ਹਾਂ ਹੁਣ ਲਹਿਰਾ ਦੀ ਵੀ ਬਿਮਾਰੀ ਆ ਤੇ ਦੂਜਾ ਬਠਿੰਡਾ ਰੋਪੜ ਵਾਲੇ ਦੀ ਵੀ ਬਿਮਾਰੀ ਆ ਸਾਡੇ ਨਾਲ ਆ ਪ੍ਰਧਾਨ ਜੀ ਨੇ ਜਗਰੂਪ ਜੀ ਲਹਿਰਾ ਤੋਂ ਵੀ ਇਹ ਵੀ ਤੁਹਾਨੂੰ ਆਪਦੀ ਵੀ ਮੰਦ ਦੱਸਣਗੇ ਵੀ ਜਿਹੜਾ ਠੇਕਾ ਕੰਮੇ ਤਾਪ ਲਗਾਤਾਰ ਹੰਡਾ ਰਹੇ ਆ ਬਾਈ ਜੀ ਕੀ ਨਾਮ ਆਪ ਦਾ ਰਿਸ਼ੇਸ਼ ਕੁਮਾਰ ਜੀ ਕਿੱਥੋਂ ਤੁਸੀਂ ਟੋਰੀ ਤੋਂ ਅੱਛਾ ਕੀ ਹੋਇਆ ਸੀ ਹਾਂ ਜੀ 17 ਅਕਤੂਬਰ 2016 ਨੂੰ ਕਰੰਟ ਲੱਗਿਆ ਸੀ ਜੀ 11000 ਵੋਲਟੇਜ ਆ ਜੀ ਤੇ ਕੰਮ ਕਰ ਰਹੇ ਸੀ ਉਪਰ ਲਾਈਨ ਤੇ ਜੀ 11kV ਤੇ ਕੰਮ ਕਰ ਰਹੇ ਸੀ ਪੈਨਨਸੂਲੇਟ ਸਿੱਧਾ ਕਰਨਾ ਸੀ ਜੀ ਬਸ ਕੀ ਗੱਲ ਕੱਟ ਨਹੀਂ ਲਾਇਆ ਕੱਟੀ ਨਹੀਂ ਲਾਈਨ ਇਹ ਸਾਨੂੰ ਨਹੀਂ ਸਾਨੂੰ ਤਾਂ ਕਹੀ ਲਾਈਨ ਕੱਟੀ ਹੋਈ ਹੈ ਜੀ ਮੈਂ ਦੋ ਵਾਰ ਕੰਫਰਮ ਕੀਤਾ ਹੈ ਕਿ ਤਾਂ ਹੀ ਲਾਈਨ ਕੱਟੀ ਹੈ ਕਿ ਨਹੀਂ ਕੱਟੀ ਹੈ ਜੀ ਕਹਿੰਦੇ ਹਾਂ ਕੱਟੀ ਚੜ ਜਾ ਜਦੋਂ ਮੈਂ ਗਿਆ ਉੱਪਰ ਮੈਨੂੰ ਪਤਾ ਨਹੀਂ ਲੱਗਿਆ ਕੀ ਹੋਇਆ ਕੀ ਨਹੀਂ ਮੈਨੂੰ ਜਦੋਂ ਹੋਸਿਆ ਤਾਂ ਹਸਪੀਟਲ ਐਸਪੀਐਸ ਹਸਪੀਟਲ ਤੇ ਲੈ ਕੇ ਕੋ ਮੈਨਾਂ ਨਾ ਮੈਨੂੰ ਕਪਾਨ ਨਹੀਂ ਮੈਨੂੰ ਨਹੀਂ ਪਤਾ ਕਿੱਥੇ ਕਿੱਥੇ ਲੈ ਕੇ ਗਏ ਆ ਤੇ ਜਦੋਂ ਮੇਰਾ ਹਾਊਸ ਆਇਆ ਤਾਂ ਮੈਨੂੰ ਬਸ ਐਸਪੀਐਸ ਹਸਪੀਟਲ ਤੇ ਪਿਆ ਸੀਗਾ ਤੇ ਇਹਨਾਂ ਨੇ ਮੈਨੂੰ ਹਸਪੀਟਲ ਐਡਮਿਟ ਕਰਕੇ ਆਪ ਥਾਣੇ ਤੇ ਬੈਠੇ ਭੇਜ ਗਏ ਤੇ ਮੈਂ ਫੰਡ ਫੰਡ ਜਾਰੀ ਨਹੀਂ ਕੀਤਾ ਤੁਹਾਡਾ ਇਲਾਜ ਕੀ ਨਹੀਂ ਕਰਵਾਇਆ ਇਲਾਜ ਤਾਂ ਇਹ ਮੇਰਾ ਅਸੀਂ ਆਪੇ ਕਰਵਾਇਆ ਜਿਹੜਾ ਕੁਝ ਕਰਾਇਆ ਜੀ ਮੈਂ ਕੋਈ ਛੋਟੀ ਵੀ ਬਾਣੀ ਕਰੇ ਕੋਈ ਨਹੀਂ ਕਰਾਇਆ ਆ ਹਾਲਾਤ ਦੇਖੋ ਮੇਰੀ ਕੀ ਕਰਾ 11000 ਵੋਲਟ ਦਾ ਕਰੰਟ ਲੱਗਿਆ ਢਿੱਡ ਪਾੜ ਕੇ ਕਰੰਟ ਨਿਕਲਿਆ ਜੀ ਤੇ ਆ ਮੇਰਾ ਦੋ ਜਾਨਕਿ ਕੋਈ ਸਾਰ ਨਹੀਂ ਲਈ ਸਰਕਾਰ ਨੇ ਕੋਈ ਤੁਹਾਡਾ ਫਰੀ ਇਲਾਜ ਨਹੀਂ ਕਰਾਇਆ ਵੀ ਤੁਸੀਂ ਔਨ ਡਿਊਟੀ ਕੰਮ ਕਰ ਰਹੇ ਸੀ ਔਨ ਡਿਊਟੀ ਕੰਮ ਕਰਦੇ ਸੀਗੇ ਜੀ ਸਾਡਾ ਹਾਸਾ ਹੋਇਆ ਔਨ ਡਿਊਟੀ ਹੋਇਆ ਜੀ ਸਾਨੂੰ ਕੋਈ ਮਤਲਬ ਇੱਕ ਮੁਆਵਜ਼ੇ ਕੁ ਫੁੱਟ ਕੋੜੀ ਤੱਕ ਨਹੀਂ ਦਿਆਣਾ ਸੋ ਬਿਜਲੀ ਵਿਭਾਗ ਦੇ ਮੁਲਾਜ਼ਮ ਵੀ ਮੌਜੂਦ ਨੇ ਇੱਥੇ ਪਹਿਲਾਂ ਵੀ ਖਬਰਾਂ ਕਈ ਵਾਰ ਦੇਖੀਆਂ ਨੇ ਕਿ ਕਤਾਈਆਂ ਵਰਤੀਆਂ ਜਾਂਦੀਆਂ ਨੇ ਬਿਜਲੀ ਵਿਭਾਗ ਦਾ ਮੁਲਾਜ਼ਮ ਜਿਹਦੀਆਂ ਦੋਏ ਬਾਹਾਂ ਕੱਟੀਆਂ ਹੋਈਆਂ ਨੇ ਤੇ ਕਰੰਟ ਬਹੁਤ ਬੁਰੀ ਤਰ੍ਹਾਂ ਨਾਲ ਇਹਨਾਂ ਦੇ ਲੱਗਿਆ ਇੱਕ ਜਾਨੇ ਬਚੀਆ ਬਾਕੀ ਕਸਰ ਕੋਈ ਨਹੀਂ ਰਹੀ ਪਰ ਸਰਕਾਰ ਨੇ ਕੋਈ ਵੀ ਬੈਨੀਫਿਟ ਨਹੀਂ ਦਿੱਤਾ ਕੋਈ ਸਹੂਲਤ ਨਹੀਂ ਦਿੱਤੀ ਜੋ ਤਰਾਸਦੀ ਆ ਅਤੇ ਕਹਿ ਰਹੇ ਨੇ ਕਿ ਸਰਕਾਰਾਂ ਬਾ ਨਹੀਂ ਫੜ ਰਹੀਆਂ ਸਾਡੇ ਨਾਲ ਭਾਈ ਜੀ ਮੌਜੂਦ ਨੇ ਭਾਈ ਜੀ ਤੁਹਾਡੇ ਵਾਲੇ ਵਿਭਾਗ ਚ ਐਮੀ ਦੀਆਂ ਅਣਗੈਲੀਆਂ ਬਹੁਤ ਹੁੰਦੀਆਂ ਨੇ ਜਿਵੇਂ ਆਪਾਂ ਗੱਲ ਕਰਦੇ ਆ ਕਿ ਕਿਉਂ ਨਹੀਂ ਲਾਈਨ ਕਟਵਾਈ ਜੇ ਇਹਨੇ ਲੈਂਡ ਕਟਵਾਉਣੀ ਹੁੰਦੀ ਆ ਜੇ ਹੀ ਕਹਿੰਦੇ ਨੇ ਵੀ ਉੱਥੇ ਚੜਜੋ ਜੀ ਜਾ ਕੇ ਆਏ ਆ ਇਹ ਜੇ ਹਾਦਸਾ ਹੋਇਆ ਤਾਂ ਕੌਣ ਜ਼ਿੰਮੇਵਾਰ ਆ ਫੇਰ ਇਹਨਾਂ ਦਾ ਦੇਖੋ ਜੀ ਇਹਦਾ ਜ਼ਿੰਮੇਵਾਰ ਆ ਪਾਵਰ ਕੌਂ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਕਿਉਂਕਿ ਜਿਹੜੀ ਸਰਕਾਰ ਆ ਉਹ ਨਿੱਜੀ ਕਰਨ ਦੇ ਹੱਲੇ ਤੈ ਤੱਕ ਠੇਕੇਦਾਰੀ ਰਹੀ ਬਿਨਾ ਟ੍ਰੇਨਿੰਗਾਂ ਤੋਂ ਬਿਨਾ ਕਿਸੇ ਪ੍ਰਬੰਧ ਤੋਂ ਬਿਨਾ ਜਿਹੜਾ ਇਹ ਸਿਸਟਮ ਆ ਗੰਦਾ ਸਿਸਟਮ ਰਹੀ ਕੰਮ ਕਰਵਾਇਆ ਜਾ ਰਿਹਾ ਕਿਉਂਕਿ ਬੰਦੇ ਦੀ ਮਜਬੂਰੀ ਇੰਨੀ ਕੁ ਬਣਾ ਲਈ 8000 ਤੇ ਉਹਨੇ ਕੰਮ ਕਰਨਾ ਹੁਣ ਇਹ ਕੱਲਾ ਮੁੰਡਾ ਨਹੀਂ ਇਹ ਤੇ ਕਟੋ ਘਟ ਵੀ 170 ਦੇ ਲਗਭਗ ਹੈ ਜਿਹੜੇ ਕੰਮ ਇਹ ਮੌਤ ਦੇ ਮੂੰਹ ਚ ਚਲੇ ਗਏ ਜਿਨ੍ਹਾਂ ਨੂੰ ਕੋਈ ਮੁਆਵਜ਼ਾ ਤੱਕ ਨਹੀਂ ਦਿੱਤਾ ਗਿਆ ਵੀ ਇਹ ਸਾਡੀ ਮੰਗ ਆ ਵੀ ਜਿੰਨੇ ਵੀ ਹਾਸੇ ਹੁੰਦੇ ਆ ਉਹਨਾਂ ਦੇ ਪਰਿਵਾਰ ਨੂੰ ਪੱਕੀ ਨੌਕਰੀ ਚਾਹੀਦੀ ਆ ਤੇ ਉਹਦੇ ਪਰਿਵਾਰ ਨੂੰ ਕੋਟ ਕੋਟ 50 ਲੱਖ ਰੁਪਏ ਬੀਮਾ ਚਾਹੀਦਾ ਪਰ ਸਰਕਾਰ ਸਾਡੀ ਬਿਲਕੁਲ ਨਹੀਂ ਸੁਣ ਰਹੀ ਪਿੱਛੇ ਤੁਸੀਂ ਦੇਖਿਆ ਸਾਡੇ ਬੱਚੇ ਤੇ ਪਰਿਵਾਰਾਂ ਦੇ ਬੱਚਿਆਂ ਸਮੇਤ ਅਸੀਂ ਲੜਦੇ ਆ ਸਾਡੇ ਬੱਚਿਆਂ ਤੇ ਜ਼ਬਰ ਕੀਤਾ लाਠੀ ਚਾਰਜ ਕੀਤਾ ਸਾਰੇ ਬਾਈ ਜੀ ਤੁਹਾਡੀ ਖਬਰ ਵੀ ਅਸੀਂ ਕੀਤੀ ਸੀ ਸਬ ਡਿਵੀਜ਼ਨ ਨਦੰਪਰ ਉੱਥੇ ਇੱਕ ਮੌਤ ਹੋਈ ਆ ਉਹ ਵੀ 11000 ਬੋਲਟ ਤੇ ਕੰਮ ਕਰ ਰਿਹਾ ਸੀ ਜੀ ਨੇ ਲਾਈਨ ਨਹੀਂ ਕਟਾਈ ਪਤਾ ਨਹੀਂ ਕੀ ਹੋਇਆ ਸਿਸਟਮ ਪਿੱਛੋਂ ਕਟਵਾਈ ਨਹੀਂ ਹੈਗੀ ਅੰਗੈਲੀ ਨੇ ਕਰ ਬਰਬਾਦ ਕਰ ਦਿੱਤਾ ਬਿਲਕੁਲ ਸਰ ਅਸੀਂ ਮਤਲਬ ਇਹ ਆ ਅਸੀਂ ਹੋ ਆ ਕਿ ਲੋਕਾਂ ਦੇ ਘਰੇ ਚ ਦੀਵਾ ਜਗਾਉਂਦੇ ਜਗਾਉਂਦੇ ਸਾਡੇ ਆਪ ਦਾ ਘਰਾਂ ਦੀਵਾ ਦੀਵਾ ਬੁੱਝ ਜਾਂਦਾ ਸਾਨੂੰ ਮਤਲਬ ਕੋਈ ਮੁਆਵਜ਼ਾ ਤੱਕ ਨਹੀਂ ਦਿੱਤਾ ਜਾਂਦਾ ਕੋਈ ਗਰੰਟੀ ਨਹੀਂ ਹੈਗੀ ਉਸ ਗਰੰਟੀ ਨੂੰ ਬਣਾਉਣ ਲਈ ਅਸੀਂ ਲਗਾਤਾਰ ਜੂਝ ਰਹੇ ਆ ਆ ਬੈਠੇ ਆ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਆ ਸਮੂਹ ਵਿਭਾਗਾਂ ਦੀ ਡਿਪਾਰਟਮੈਂਟ ਦੇ ਕੰਮੇ ਕਰ ਰਹੇ ਆ ਲੋਕਾਂ ਨੂੰ ਵੀ ਅਪੀਲ ਕਰਦੇ ਆ ਹੋਰ ਜਿਹੜੀਆਂ ਠੇਕੇ ਵਾਲੀ ਜਥੇਬੰਦੀਆਂ ਉਹਨਾਂ ਨੂੰ ਵੀ ਕਰਦੇ ਆ ਕਿਉਂ ਕਰਦੇ ਆ ਕਿਉਂਕਿ ਜੇ ਅਸੀਂ ਅੱਜ ਨਾ ਲੜੇ ਨਾ ਸੰਘਰਸ਼ ਕੀਤਾ ਆਉਣ ਵਾਲੀ ਪੀੜ੍ਹੀ ਪੀੜ੍ਹੀ ਵਾਸਤੇ ਕੋਈ ਰੋਜ਼ਗਾਰ ਹੈ ਨਹੀਂ ਕੋਈ ਗਰੰਟੀ ਹੈ ਨਹੀਂ ਸਾਰਾ ਕੁਝ ਸਰਕਾਰ ਖਤਮ ਕਰਨਾ ਚਾਹੁੰਦੀ ਆ ਕਹਿੰਦੇ ਨੇ ਰੋਜ਼ਗਾਰ ਲਾਉਣਾ ਰੋਜ਼ਗਾਰ ਦੇ ਮੇਲੇ ਲਾ ਰਹੇ ਆ ਰੋਜ਼ਗਾਰ ਕਿਹੜਾ ਦੇਣਾ ਉਹ ਕੰਪਨੀਆਂ ਰਾਹੀਂ ਦੇਣਾ 5-7000 ਰਹੀਂ ਦੇਣਾ ਵੀ ਇਸ ਗੱਲ ਕਰਕੇ ਸਰਕਾਰ ਤੋਂ ਮੰਗ ਕਰਦੇ ਆ ਨਿੱਜੀਕਰਨ ਦਾ ਹੱਲਾ ਜਿਹੜਾ ਉਹ ਬੰਦ ਕਰਕੇ ਸਮੂਹ ਵਿਭਾਗਾਂ ਦੇ ਡਿਪਾਰਟਮੈਂਟਾਂ ਨੂੰ ਚਲਾਇਆ ਜਾਵੇ ਜਿਵੇਂ ਅੱਜ ਕਿਸਾਨ ਮਜ਼ਦੂਰ ਦਿੱਲੀ ਦੇ ਬੈਠਾ ਲਗਾਤਾਰ ਉਸੇ ਤਰ੍ਹਾਂ ਅੱਜ ਇੱਥੇ ਪਟਿਆਲੇ ਦੀ ਧਰਤੀ ਤੇ ਇਹ ਪੱਕਾ ਮੋਰਚਾ ਜਿਵੇਂ ਦਿੱਲੀ ਆ ਇਹ ਮੰਨ ਲਓ ਵੀ ਦੂਜਾ ਜਿਹੜਾ ਦਿੱਲੀ ਬਣੂਗੀ ਇੱਥੇ ਜੇ ਸਰਕਾਰ ਨੇ ਸਾਡੀਆਂ ਮੰਗਾਂ ਦਾ ਹੱਲ ਨਾ ਕੀਤਾ ਜਾਨੀ ਕਿ ਹੁਣ ਐਵੇਂ ਚੱਲੂਗਾ ਕਦੋਂ ਤੱਕ ਚੱਲੂ ਇਹ ਇਹ ਲਗਾਤਾਰ ਚੱਲੂਗਾ ਜੀ ਜਦੋਂ ਤੱਕ ਸਰਕਾਰ ਸਾਨੂੰ ਪੱਕਾ ਨਹੀਂ ਹੈਗੀ ਸਰਕਾਰ ਮੀਟਿੰਗ ਲਿਆਉਂਦੀ ਆ ਗੱਲਬਾਤ ਲਿਆਉਂਦੀ ਆ ਅਸੀਂ ਗੱਲਬਾਤੋਂ ਨਹੀਂ ਭੱਜਦੇ ਗੱਲਬਾਤ ਕਰਾਂਗੇ ਹੁਣ ਅੱਜ ਸਵੇਰ ਤੋਂ ਤੁਸੀਂ ਇੱਥੇ ਪ੍ਰਦਰਸ਼ਨ ਸ਼ੁਰੂ ਕੀਤਾ ਹੋਇਆ ਕੋਈ ਆਇਆ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਪ੍ਰਸ਼ਾਸਨਿਕ ਅਧਿਕਾਰੀ ਕੋਈ ਨਹੀਂ ਆਇਆ ਹੈਗਾ ਸਵੇਰ ਤੋਂ ਅਸੀਂ ਲਗਾਤਾਰ ਬੈਠੇ ਆਂ ਹਲੇ ਤੱਕ ਕੋਈ ਸਾਡੇ ਕੋਲ ਨਹੀਂ ਆਇਆ ਕੋਈ ਡਾਇਲੌਗਸ ਨਹੀਂ ਹੋਇਆ ਪਹਿਲਾਂ ਕਹਿੰਦੇ ਸੀ ਉਹਨਾਂ ਨੂੰ ਪਤਾ ਸੀ ਸ਼ਾਇਦ ਮੈਲਾ ਵੱਲੋਂ ਜਾਣਗੇ ਪਰ ਸਾਡਾ ਚਾਇਆ ਸੀ ਅਸੀਂ ਇੱਥੇ ਬੈਠੇ ਆ ਪਹਿਲਾਂ ਕਹਿੰਦੇ ਸੀ ਸੀਐਮ ਨਾਲ ਮੀਟਿੰਗ ਕਰਾਉਂਦੇ ਆ ਪਰ ਕੋਈ ਗੱਲ ਨਹੀਂ ਨਾ ਕਰਾਉਣ ਦੇ ਉਹ ਲੋਕਾਂ ਨੇ ਆ ਬੈਠੇ ਨੇ ਲੋਕ ਲੜਨਗੇ ਠੇਕੇ ਵਾਲੇ ਜਦੋਂ ਤੱਕ ਪੱਕਾ ਨਹੀਂ ਕਰਦੀ ਪਿੰਡਾਂ ਦੇ ਵਿੱਚ ਇਹਨਾਂ ਨੇ ਮੰਤਰੀਆਂ ਸ਼ੰਤਰੀਆਂ ਨੇ ਜਾਣਾ ਇਹਨਾਂ ਦੇ ਘਰੋ ਕਰਾਂਗੇ ਰੋਕਾਂਗੇ ਇਹਨਾਂ ਨੂੰ ਪਿੰਡਾਂ ਚੋਂ ਵੜਨਾ ਬੰਦ ਕਰਾਂਗੇ ਬਿਲਕੁਲ ਜੀ ਸੋ ਬਖ ਬਖ ਵਿਭਾਗਾ ਨੇ ਪਟਿਆਲੇ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਹੈ ਚਾਹੇ ਬਿਜਲੀ ਵਿਭਾਗ ਹੋਵੇ ਮਨਰੇਗਾ ਵਿਭਾਗ ਹੋਵੇ ਜਲ ਸਪਲਾਈ ਵਿਭਾਗ ਹੋਵੇ ਦੱਸਿਆ ਜਾ ਰਿਹਾ ਹੈ ਕਿ 15 ਤੋਂ 20 ਵਿਭਾਗ ਪੰਜਾਬ ਸਰਕਾਰ ਦੇ ਅਧੀਨ ਆਉਂਦੇ ਨੇ ਅੰਡਰ ਆਉਂਦੇ ਨੇ ਕਿ ਠੇਕੇਦਾਰੀ ਸਿਸਟਮ ਖਤਮ ਕੀਤਾ ਜਾਵੇ ਅਤੇ ਸਾਨੂੰ ਪੱਕਾ ਕੀਤਾ ਜਾਵੇ ਠਿਕਰੀ ਵਾਲਾ ਚੌਕ 'ਚ ਅਸੀਂ ਮੌਜੂਦ ਹਾਂ ਜਿੱਥੇ ਜੋ ਵੀ ਮੁਲਾਜ਼ਮ ਨੇ ਉਹ ਕਹਿ ਰਹੇ ਨੇ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣੀਆਂ ਪ੍ਰਦਰਸ਼ਨ ਐਵੇਂ ਹੀ ਚੱਲਦਾ ਰਹੂ ਅਸੀਂ ਪੱਕਾ ਮੋਰਚਾ ਇੱਥੇ ਐਵੇਂ ਹੀ ਲਾ ਕੇ ਰੱਖਾਂਗੇ ਕਿਉਂਕਿ ਇਹ ਧਰਨਾ ਪ੍ਰਦਰਸ਼ਨ ਲੱਗਣ ਨਾਲ ਪੂਰਾ ਪਟਿਆਲਾ ਤਕਰੀਬਨ ਜਾਮ ਹੋ ਗਿਆ ਜਾਨੀ ਕਿ ਜੇ ਬਠਿੰਡੇ ਨੂੰ ਜਾਣਾ ਸੰਗਰੂਰ ਨੂੰ ਜਾਣਾ ਸਮਾਣੇ ਨੂੰ ਜਾਣਾ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਸੋ ਪ੍ਰਦਰਸ਼ਨ ਲਗਾਤਾਰ ਜਾਰੀ ਆ ਤੇ ਕਹਿ ਰਹੇ ਨੇ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਪ੍ਰਦਰਸ਼ਨ ਦਿਨ ਰਾਤ ਐਵੇਂ ਹੀ ਚੱਲਦਾ ਰਹੇਗਾ ਰਸਪਿੰਦਰ ਪ੍ਰਿੰਸ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ